दोस्तों ਇਹ ਬਜ਼ੁਰਗ 100 ਸਾਲ ਦੇ ਨੇ ਅਤੇ ਅੱਖਾਂ ਤੋਂ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਹੈ ਹਲਕਾ ਜਿਹਾ ਨਜ਼ਰ ਆਉਂਦਾ ਹੈ ਮੇਰੇ ਮੋਰੇ ਕੋਈ ਚੀਜ਼ ਹੈ ਇਹ ਵੀਡੀਓ ਪੂਰੀ ਦੇਖਣਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਬਹੁਤ ਵਧੀਆ ਇੱਕ ਮੈਸੇਜ ਹੈ ਮੇਰੇ ਵੱਲੋਂ ਇਹਨਾਂ ਬਜ਼ੁਰਗਾਂ ਦਾ ਸੈਂਪਲ ਲੈਣ ਤੋਂ ਬਾਅਦ ਜੋ ਵੇਸਟ ਕਾਟਨ ਹੁੰਦਾ ਹੈ ਉਹ ਡਸਟਬਿਨ ਵਿੱਚ ਪਾਉਣ ਲਈ ਡਸਟਬਿਨ ਨੂੰ ਲੱਭਣ ਲਈ ਉੱਠ ਕੇ ਚੱਲਣ ਲੱਗੇ ਤਾਂ ਮੈਂ ਉਹਨਾਂ ਨੂੰ ਦੱਸਿਆ ਡਸਟਬਿਨ ਤੁਹਾਡੇ ਕੋਲ ਹੀ ਹੈ ਉਹਨਾਂ ਨੇ ਡਸਟਬਿਨ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਡਸਟਬਿਨ ਨੂੰ ਕੋਸ਼ਿਸ਼ ਕਰਕੇ ਲੱਭ ਕੇ ਉਸ ਵਿੱਚ ਸੁੱਟਿਆ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਕਿ ਉਹਨਾਂ ਨੂੰ ਅੱਖਾਂ ਤੋਂ ਨਾ ਦਿਸਣ ਦੇ ਬਾਵਜੂਦ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਡਸਟਬਿਨ ਨੂੰ ਲੱਭਣ ਦੀ ਮੈਂ ਬਜ਼ੁਰਗਾਂ ਨਾਲ ਬੈਠ ਕੇ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਆਪਣੇ ਸਮੇਂ ਦੀ ਗੱਲਬਾਤ ਸੁਣਾਈ ਉਹ ਕਹਿੰਦੇ ਮੈਂ ਅੰਗਰੇਜ਼ ਵੇਲੇ ਦਾ ਸਮਾਂ ਦੇਖਿਆ ਹੋਇਆ ਹੈ ਔਰ ਬਹੁਤ ਮਿਹਨਤ ਵੀ ਕੀਤੀ ਹੈ ਲਾਈਫ ਵਿੱਚ ਹੁਣ ਦੇ ਲੋਕ ਜਾਂ ਬੱਚੇ ਪੂਰੀ ਮਿਹਨਤ ਨਹੀਂ ਕਰਦੇ ਪਰ ਮੈਂ ਅੱਜ ਵੀ ਮਿਹਨਤ ਕਰਦਾ ਹਾਂ ਅਤੇ ਆਪ ਹੀ ਤੁਰ ਕੇ ਆਇਆ ਹਾਂ ਅਗਰ ਮੈਂ ਚਾਹੁੰਦਾ ਤਾਂ ਕਿਸੇ ਨਾਲ ਵੀ ਬੈਠ ਕੇ ਵੀ ਆ ਸਕਦਾ ਸੀ ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ ਜਿਨ੍ਹਾਂ ਲੋਕਾਂ ਨੂੰ ਪੂਰਾ ਦਿਖਾਈ ਦਿੰਦਾ ਹੈ ਉਹ ਲੋਕ ਕੀ ਕਰਦੇ ਨੇ ਦੋਸਤੋ ਵਰਤਿਆ ਗਿਆ ਖੂਨ ਨਾਲ ਲਿਬੜਿਆ ਕਾਟਨ ਲੈਬ ਵਿੱਚ ਇਸ ਤਰ੍ਹਾਂ ਸੁੱਟਦੇ ਹਨ